ਸਤਿ ਸ਼੍ਰੀ ਅਕਾਲ ਬੇਲੀਓ, ਅੱਜ 17 ਤਰੀਕ ਹੋ ਚੁੱਕੀ ਆ ਅਤੇ ਮੁਕਤਸਰ ਮੇਲੇ 'ਚ ਆਪਾਂ ਤੁਹਾਨੂੰ ਰਾਊਂਡ ਦੇ ਰਹੇ ਹਾਂ, ਮੁਕਤਸਰ ਮੇਲੇ ਦਾ ਮਾਹੌਲ ਦਿਖਾ ਰਹੇ ਹਾਂ। ਮੇਲਾ ਬੇਲੀਓ ਵਿਛੜਨਾ ਸਟਾਰਟ ਹੋ ਚੁੱਕਿਆ, ਦੁਕਾਨਾਂ ਦੁਕਾਨਾਂ ਵਾਲੇ ਵੀਰ ਤਾਂ ਬੈਠੇ ਨੇ ਹਲੇ, ਪਰ ਜਿਹੜੇ ਘੋੜੇ ਆਪਣੇ ਜਾਨਵਰ ਲਿਆਉਂਦੇ ਸੀ ਜਿਹੜੇ ਭਰਾਵਾਂ ਨੇ, ਉਹ ਭਰਾਵਾਂ ਨੇ ਆਪਣੇ ਘਰਾਂ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰਤੇ ਅਤੇ ਮਾਹੌਲ ਤੁਸੀਂ ਦੇਖ ਸਕਦੇ ਹੋ ਬੇਲੀਓ। ਆਹ ਹਲੇ ਟੋਇਟਾ ਟੂਟਾ ਵਾਲੇ ਆਪਣੇ ਕਾਰਾਂ ਵਾਲੇ ਅਤੇ ਹੋਰ ਜਿਹੜੇ ਘੋੜਿਆਂ ਵਾਲੇ ਸੱਜਣ ਬੇਲੀ ਆ ਉਹ ਖੜ੍ਹੇ ਨੇ ਅਤੇ ਆਹ ਵੀ ਚੈੱਕ ਕਰ ਸਕਦੇ ਹੋ ਬੇਲੀਓ, ਘੋੜੀਆਂ ਹਲੇ ਕਾਫੀ ਖੜ੍ਹੀਆਂ ਨੇ। ਪਰ ਕੁਛ ਲੋਕ ਆ ਜਿਹੜੇ ਮੰਨ ਕੇ ਚੱਲੋ ਮੇਲੇ 'ਚੋਂ ਜਾਣਾ ਆਪਣੇ ਘਰਾਂ ਵੱਲ ਸਟਾਰਟ ਹੋ ਗਏ, ਪਰ ਫਿਰ ਵੀ ਹਲੇ ਮੇਲੇ 'ਚ ਪੂਰੀ ਰੌਣਕ ਹੈ। ਅੱਜ 17 ਤਰੀਕ ਆ ਬੇਲੀਓ ਅਤੇ 17 ਤਰੀਕ ਦੀ ਰੌਣਕ ਵੀ ਤੁਸੀਂ ਦੇਖ ਸਕਦੇ ਹੋ, ਯਾਨੀ ਕਿ ਭਰਾ ਕੋਈ ਆਪਣੀਆਂ ਟਰਾਲੀਆਂ ਲੈ ਕੇ ਜਾਈ ਜਾਂਦਾ, ਜਾਨਵਰ ਲੈ ਕੇ ਜਾਈ ਜਾਂਦਾ। ਕਈ ਭਰਾ ਹਲੇ ਮੇਲੇ 'ਚ ਜਿਹੜੇ ਵੀਰਾਂ ਦਾ ਜਾਣ ਨੂੰ ਜੀ ਨਹੀਂ ਕਰ ਰਿਹਾ, ਮੇਲੇ 'ਚ ਚਿੱਤ ਲੱਗਿਆ ਸਾਡੇ ਵਾਂਗੂ ਵੀ ਯਾਰ ਨਹੀਂ ਯਾਰ ਮੇਲੇ 'ਚ ਤਾਂ ਰਵਾਂਗੇ ਹਲੇ ਹੋਰ ਲਾਵਾਂਗੇ ਇੱਕ ਦਿਨ, ਅਤੇ ਉਹ ਭਰਾ ਹਲੇ ਜਾਣ ਨੂੰ ਘਰੇ ਤਿਆਰ ਨਹੀਂ। ਅਤੇ ਆ ਪੜਾਲ ਫਾਰਮ ਵਾਲਿਆਂ ਨੇ ਵੀ ਚੱਕ ਲਿਆ ਬਾਈਆਂ ਨੇ ਸਮਾਨ ਆਪਣਾ, ਦੇਖ ਸਕਦੇ ਹੋ ਤੁਸੀਂ, ਇਹਨਾਂ ਨੇ ਵੀ ਬਾਈਆਂ ਨੇ ਕਰਤੇ ਆਪਦੇ ਟੈਂਟ ਟੁੰਟ ਇਕੱਠੇ। ਅਤੇ ਅੱਗੇ ਦੇਖਦੇ ਹਾਂ ਆਪਾਂ ਬੇਲੀਓ ਹੋਰ ਕਿਹੜੇ ਕਿਹੜੇ ਜਿਹੜੇ ਬੰਦੇ ਹੈਗੇ ਨੇ। ਆ ਪ੍ਰੀਤ ਸਟੱਡ ਫਾਰਮ ਵਾਲੇ ਵੀ ਬਾਈ ਹਲੇ ਬੈਠੇ ਨੇ, ਇਹ ਭਰਾ ਵੀ ਨਹੀਂ ਜਾਂਦੇ, ਇਹ ਵੀ ਕਹਿੰਦੇ ਕਹਿੰਦੇ ਵੀ ਅਸੀਂ ਤਾਂ ਬਾਈ ਮੇਲਾ ਜਦੋਂ ਜਮਾਂ ਖਾਲੀ ਹੋ ਗਿਆ ਉਦੋਂ ਜਾਵਾਂਗੇ। ਅਤੇ ਅੱਗੇ ਆਪਾਂ ਚੱਲਦੇ ਹਾਂ ਬੇਲੀਓ ਹੋਰ, ਆ ਅੱਗੇ ਆ ਗਿਆ ਉਹਦੇ ਸਟੱਡ ਫਾਰਮ ਵਾਲੇ ਵੀ ਬੈਠੇ ਨੇ ਭਰਾ, ਇਹ ਵੀ ਪੱਕਾ ਡੇਰਾ ਲਾਈ ਬੈਠੇ ਆ। ਅੱਗੇ ਕੁਛ ਕਰਨ ਕਿਹੜਾ ਸਿੱਧੇ ਹੀ ਚੱਲ ਆਪਣੇ ਅੱਗੇ ਬੇਲੀਓ। ਆ ਦੇਖੋ ਤੁਸੀਂ ਰੌਣਕ ਮੇਲਾ ਹਲੇ ਵੀ ਪੂਰਾ ਬੇਲੀਓ, ਜਿਵੇਂ ਕਿ 10 ਤਰੀਕ ਨੂੰ ਜਿੱਦਣ ਪਹਿਲੇ ਦਿਨ ਮੇਲਾ ਸਟਾਰਟ ਹੋਇਆ ਨਾ, ਜਿੰਨਾ ਰੌਣਕ ਮੇਲਾ ਉਦੇ ਸੀ ਓਨਾ ਹੀ ਰੌਣਕ ਮੇਲਾ ਅੱਜ ਆ। ਅੱਗੇ ਬੇਲੀਓ ਆਹ ਆ ਗਏ ਆਪਣੇ ਤਲਵੰਡੀ ਸਾਬੋ ਵਾਲੇ ਭਰਾ, ਉਹ ਦੇਖ ਸਕਦੇ ਹੋ ਤੁਸੀਂ, ਉਹ ਬੈਠੇ ਆ ਬਾਬੇ ਹੋਰੀ ਅਤੇ ਸਾਰੇ ਆਪਣੇ ਹੈ ਨਾ ਜਿੰਨੇ ਵੀ ਮਿੱਤਰ ਪਿਆਰੇ ਨੇ। ਇਹ ਇੱਧਰ ਬਾਬਾ ਸਰਬਜੀਤ ਦਾ ਆ ਗਿਆ ਬੈਠਾ, ਸਰਬਜੀਤ ਬਾਬਾ ਵੀ ਉੱਥੇ। ਆਹ ਆਪਣਾ ਚੱਕਿਆ ਗਿਆ ਬੇਲੀਓ, ਇੱਥੇ ਬਾਬਾ ਜੋਰਾ ਸਿੰਘ ਜੀ ਦਾ ਸੀਗਾ, ਇੱਥੋਂ ਸਮਾਨ ਜਿੰਨੇ ਵੀ ਆਪਣੇ ਟੈਂਟ ਵਗੈਰਾ ਸੀ ਇਕੱਠੇ ਕਰ ਲਏ। ਇੱਧਰ ਅੱਗੇ ਬੇਲੀਓ ਆ ਗਿਆ ਕੋਮਲ ਸਟੱਡ ਫਾਰਮ ਵਾਲਿਆਂ ਦਾ, ਅਤੇ ਇਹਨਾਂ ਨੇ ਵੀ ਆਪਦਾ ਜਿੰਨਾ ਵੀ ਡੰਗਣ ਪਟ ਗਿਆ ਸੀ ਸਾਰਾ ਇਕੱਠਾ ਕਰ ਲਿਆ, ਟਰਾਲੀ 'ਚ ਪਾ ਲਈਆਂ ਕੁਰਸੀਆਂ ਕਰਸੀਆਂ, ਟੈਂਟ ਬਹੁਤ ਸੋਹਣਾ ਲਾਇਆ ਸੀ ਬਾਈਆਂ ਨੇ। ਅੱਗੇ ਬੇਲੀਓ ਚੱਲਦੇ ਹਾਂ ਆਪਾਂ, ਇੱਧਰਲੀ ਸਾਈਡ ਵੀ ਤੁਹਾਨੂੰ ਦਿਖਾ ਦਈਏ, ਇੱਧਰਲੀ ਸਾਈਡੋਂ ਵੀ ਵਿਛੜਨਾ ਸਟਾਰਟ ਹੋ ਗਿਆ ਮੇਲਾ, ਟੈਂਟ ਟੁੰਟ ਪੱਟਣ ਲੱਗ ਗਏ ਵੀਰ ਭਰਾ ਆਪਣੇ। ਬਾਕੀ ਦੁਕਾਨਾਂ ਦੁਕਾਨਾਂ ਵਾਲੇ ਹਲੇ ਸਟਿਲ ਹੈਗੇ ਆ, ਕਿਉਂਕਿ ਕਾਫੀ ਘੋੜੇ ਆਪਾਂ ਕਹਿ ਸਕਦੇ ਹਾਂ ਵੀ ਹਲੇ 30% ਮੇਲਾ ਵਿਛੜਿਆ, 30% ਜਾਨਵਰ ਆ ਜਿਹੜੇ ਉਹ ਚਲੇ ਗਏ। ਇੱਧਰ ਬਾਈ ਸਾਹਿਬ ਦੇ ਆਪਣੇ ਆਹ ਕੁਛ ਕਰਨ ਕਿਹੜਿਆਂ ਦਾ ਸੀਗਾ, ਇਹ ਬੈਨਰ ਬੂਨਰ ਜੇ ਲਾਹ ਦੇ ਬਾਈਆਂ ਨੇ ਅਤੇ ਇਹਨਾਂ ਦਾ ਵੀ ਚੱਕਿਆ ਗਿਆ। ਉੱਧਰ ਵੀ ਤੁਸੀਂ ਦੇਖ ਸਕਦੇ ਹੋ ਟੈਂਟ ਲੈ ਰਹੇ ਆ। ਚਲੋ ਬੇਲੀਓ ਅੱਜ ਆਏ ਸੀ ਸਾਡਾ, ਅਸੀਂ ਵੀ ਵਿਹਲੇ ਸੀਗੇ ਘਰੇ ਅੱਜ, ਅਤੇ ਮੈਂ ਚਲੋ ਵਿਹਲੇ ਘਰੇ ਕੀ ਕਰਦੇ ਹਾਂ, ਮੇਲੇ 'ਚ ਗੇੜਾ ਕੱਢਿਆ ਹੋਣਾ, ਦੇਖ ਆਉਣੇ ਆ ਕੀ ਮਾਹੌਲ ਆ। ਅਤੇ ਇੱਥੇ ਆ ਕੇ ਜਦੋਂ ਦੇਖਿਆ ਮੇਲਾ ਵਿਛੜਦਾ ਤਾਂ ਮਹਾਂ ਮੇਲਾ ਸਟਾਰਟ ਹੁੰਦਾ ਤਾਂ ਆਪਾਂ ਆਪਣੇ ਭਰਾਵਾਂ ਨੂੰ ਦਿਖਾ ਤਾ ਸੀ, ਅਤੇ ਮੇਲਾ ਵਿਛੜਦਾ ਵੀ ਜ਼ਰੂਰ ਦਿਖਾ ਦੇਈਏ। ਆ ਬੇਲੀਓ ਇੱਧਰ ਅੱਗੇ ਜਸਪਾਲ ਅੰਕਲ ਦਾ ਆ ਗਿਆ ਟੈਂਟ, ਜਸਪਾਲ ਅੰਕਲ ਦਾ ਤੰਬੂ ਆ ਗਿਆ, ਜਾਨਵਰ ਖੜ੍ਹੇ ਨੇ। ਜਸਪਾਲ ਅੰਕਲ ਦਾ ਘੋੜਾ ਸ਼ਾਇਦ ਪਿੰਡ ਚਲਿਆ ਗਿਆ, ਅਤੇ ਸ਼ਾਮ ਲਾਲ ਜੀ ਵਾਲਾ ਖੜ੍ਹਾ ਰਾਜਾ ਇੱਧਰ, ਇਹਨਾਂ ਦੇ ਤੰਬੂ 'ਤੇ ਵੀ, ਜਸਪਾਲ ਅੰਕਲ ਦੇ ਤੰਬੂ 'ਤੇ ਵੀ ਰੌਣਕਾਂ ਹਲੇ ਪੂਰੀਆਂ ਬਰਕਰਾਰ ਆ। ਜਸਪਾਲ ਅੰਕਲ ਦਾ ਵੀ ਘਰੇ ਜਾਣ ਨੂੰ ਜੀ ਨਹੀਂ ਕਰਦਾ, ਮੇਲੇ 'ਚ ਇੰਨਾ ਜੀ ਲੱਗਿਆ। ਬਾਕੀ ਬੇਲੀਓ ਆ ਜਾਨਵਰ ਖੜ੍ਹੇ ਆ ਆਪਣੇ ਜਿੰਨੇ ਵੀ ਕਈ ਭਰਾਵਾਂ ਦਾ ਸਾਂਝਾ, ਜਿਵੇਂ ਇੱਥੇ ਜਸਪਾਲ ਅੰਕਲ ਕੋਲ ਸਾਰੇ ਭਰਾਵਾਂ ਦੇ। ਇੱਧਰ ਸਰਾਂ ਸਟੱਡ ਫਾਰਮ ਸਾਡਾ ਬਾਈ ਗਵਾਂਢੀ ਪੱਕੇ ਵਾਲਾ ਗੂਰਾ, ਇਹ ਉਹਦਾ ਆ ਗਿਆ। ਅਤੇ ਉੱਧਰ ਸ਼ੋਅ ਵਾਲੀ ਜਗ੍ਹਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਸ਼ੋਅ ਵਾਲੀ ਜਗ੍ਹਾ ਵੀ ਜਿਹੜੀ ਖਾਲੀ ਹੋ ਚੁੱਕੀ ਆ ਬਿਲਕੁਲ, ਪਾਰਕਿੰਗ ਦਾ ਕੰਮ ਲੈ ਰਹੇ ਆ ਹੁਣ ਵੀਰ, ਉੱਥੇ ਕਾਰਾਂ ਪਾਰਕਿੰਗ ਦਾ ਕੰਮ ਲੈ ਰਹੇ ਆ। ਬਾਕੀ ਆਹ ਭਰਾ ਖੜ੍ਹੇ ਆ, ਕਿਉਂਕਿ ਜ਼ਿਆਦਾਤਰ ਜਿਹੜੇ ਸੌਦੇ ਆ ਨਾ, ਬੰਦਾ ਦੇਖਦਾ ਫਿਰਦਾ ਤਾਂ ਕੱਢਦਾ ਫਿਰਦਾ ਵੀ ਹਾਂ ਯਾਰ ਆਹ ਆਹ ਦੇਖ ਗਏ ਬਸ਼ੇਰੀ, ਆਹ ਦੇਖ ਗਏ, ਆਹ ਦੇਖ ਗਏ ਯਾਰ, ਉਹ ਪੜਾਕਾ ਜਿਹੜਾ ਐਂਡ 'ਤੇ ਪੈਂਦਾ ਫਿਰ 17 ਤਰੀਕ ਨੂੰ, ਜਦੋਂ ਐਨ ਬੁਲਬੁਲਾ ਭਰੀ ਜਾਂਦੇ ਆ, ਫੂਕ ਭਰੀ ਜਾਂਦੇ ਆ, ਭਰੀ ਜਾਂਦੇ ਆ, ਜਦੋਂ ਐਂ ਜਮਾਂ ਫਟਣ 'ਤੇ ਹੋ ਜਾਂਦਾ ਫਿਰ ਉਹ 17 ਤਰੀਕ ਨੂੰ ਇੱਕਦਮ ਪੜਾਕਾ ਪੈਂਦਾ ਫੜਾ ਦੇਣੇ। ਅਤੇ ਅੱਜ ਉਹ ਪੜਾਕੇ ਪੈਣੇ ਆ ਜਿਹੜੇ ਬਾਈਆਂ ਨੂੰ ਐਂ ਚੱਸ ਸੀ ਵੀ ਯਾਰ ਆਪਣੀ ਹੁਣ ਅੱਜ ਵਿਕੂਗੀ ਗੱਲ ਬਣੀ ਜਾਂਦੀ ਆ, ਬਸ ਤਿਆਰ ਆ ਜਮਾਂ ਕੰਮ, ਅਤੇ ਉਹ ਸੌਦੇ ਅੱਜ ਹੋਣਗੇ ਬੇਲੀਓ ਮੇਲੇ 'ਚ, ਕਿਉਂਕਿ ਜਿਹੜੇ ਭਰਾ ਖੜ੍ਹੇ ਆ ਇਹ ਸੌਦਿਆਂ ਦੀ ਉਡੀਕ 'ਚ ਹੀ ਖੜ੍ਹੇ ਆ, ਅਤੇ ਵੀ ਯਾਰ ਹੁਣ ਤਾਂ ਪੜਾਕਾ ਪਾ ਕੇ ਜਾਣਾ ਬਸ ਅੱਜ।
ਲਾਸਟ ਦੇ ਨਾ ਅੱਜ ਚਿਪ ਕੱਢ ਕੇ ਜਾਵਾਂਗੇ। ਅਤੇ ਇੱਧਰ ਤੁਸੀਂ ਦੇਖਦੇ ਹੋ ਮਾਹੌਲ ਬਿਲਿਓ ਐਵੇਂ ਨਹੀਂ, ਆਪਾਂ ਕਹਿ ਸਕਦੇ ਵੀ ਮੇਲਾ ਵਿਛੜ ਗਿਆ, ਆਪਾਂ 20-30% ਹੀ ਕਹਿੰਦੇ ਵੀ 30% ਜਿਹੜੇ ਜਾਨਵਰ ਆ ਮੰਨ ਕੇ ਚੱਲੋ ਜਿਹੜੇ ਭਰਾਵਾਂ ਨੇ ਆਪਣੇ ਸਟਾਲੀਨ ਲਿਆਉਂਦੇ ਸੀ ਚੰਗੇ ਚੰਗੇ ਵੀ ਉਹ ਚਲੇ ਗਏ, ਬਾਕੀ ਦੂਜੇ ਜਾਨਵਰ ਬਿਲਿਓ ਹਲੇ ਤੁਸੀਂ ਦੇਖ ਸਕਦੇ ਹੋ ਖੜ੍ਹੇ ਆ। ਤਾਂ ਕਰਕੇ ਮਹਾਂ ਬਈ ਆਪਾਂ ਮੇਲੇ ਦਾ ਗੇੜਾ ਜ਼ਰੂਰ ਦਿੰਦੇ ਹਾਂ, ਕੁਛ ਕਰਨ ਨੂੰ ਆਖਿਆ ਚਲੋ ਦਿਖਾ ਦਈਏ ਸਿਸਟਮ, ਕਿਉਂਕਿ ਕਈ ਵਾਰੀ ਭਰਾ ਨੇ ਕਿਸੇ ਨੇ ਆਉਣਾ ਹੁੰਦਾ ਤਾਂ ਉਹਨੂੰ ਫਿਰ ਹਿਸਾਬ ਕਿਤਾਬ 'ਚ ਆ ਜਾਂਦਾ ਵੀ ਬਾਈ ਕਿੰਨਾ ਰਾਸ਼ ਰਹਿ ਗਿਆ, ਕੀ ਹਿਸਾਬ ਕਿਤਾਬ, ਕੀ ਸਿਸਟਮ ਆ, ਹੈ ਨਾ। ਅਤੇ ਤਾਂ ਕਰਕੇ ਬਿਲਿਓ ਆਪਾਂ ਤੁਹਾਨੂੰ ਮੇਲੇ ਦਾ ਮਾਹੌਲ ਦਿਖਾ ਦਿੰਦੇ ਹਾਂ ਵੀ ਆਉਣਾ ਹੁੰਦਾ ਜੇ ਕਿਸੇ ਭਰਾ ਨੇ ਤਾਂ ਉਹ ਆਪਦਾ ਆ ਕੇ ਦੇਖ ਸਕਦਾ ਸਿਸਟਮ, ਅਤੇ ਨਹੀਂ ਤਾਂ ਅਸੀਂ ਤਾਂ ਹੈਗੇ ਹਾਂ ਬਾਈ ਤੁਹਾਨੂੰ ਦਿਖਾਉਣ ਵਾਸਤੇ ਮੇਲੇ 'ਚ ਫਿਰ ਰਹੇ ਹਾਂ। ਅਤੇ ਭਰਾਵਾਂ ਦੀ ਚਲੋ ਇੰਨੇ ਨਾਲ ਮੇਲਾ ਫੋਨ 'ਤੇ ਦੇਖ ਕੇ ਵੀ ਰੂਹ ਖੁਸ਼ ਹੋ ਜਾਂਦੀ ਹੈ, ਜਿਹੜਾ ਲਾਈਵ ਦੇਖਣਾ ਉਹ ਗੱਲ ਤਾਂ ਨਹੀਂ ਬਣਦੀ, ਪਰ ਫਿਰ ਵੀ ਫੋਨ 'ਤੇ ਦੇਖ ਕੇ ਵੀ ਦੇਖੋ ਬਾਈ ਦੇਖੋ ਘੋੜੀ ਦੇਖੋ ਆ ਰਹੀ, ਇਹ ਦੇਖੋ ਦੇਖੋ ਚਾਲ ਬਿਲਕੁਲ ਦੇਖੋ, ਵਾਹ ਬਈ ਵਾਹ, ਐਂ ਆ ਕੰਮ, ਐਂ ਰੂਹ ਖੁਸ਼ ਹੁੰਦੀ ਆ ਵਿਹਲੀ ਉਹ ਮੇਲੇ 'ਚ। ਬਾਕੀ ਬਈ ਚੱਲਦੇ ਹਾਂ ਹੁਣ ਆਪਾਂ ਉੱਧਰ ਦੂਜੀ ਕਬਰਾਂ ਵਾਲੀ ਸਾਈਡ, ਉਹ ਸੁਖਚੈਨ ਵੀ ਖੜ੍ਹਾ ਬਾਈ ਕਰੀ ਜਾਂਦਾ ਸਲਾਹਾਂ ਜਿਹੀਆਂ, ਲਾਹ ਲਿਆ ਟੈਂਟ ਟੁੰਟ ਤਾਂ ਪੱਟਤਾ ਬਾਈਆਂ ਨੇ ਵੀ, ਅਤੇ ਹੁਣ ਬਸ ਜਾਨਵਰਾਂ ਦੀ ਭਾਲ 'ਚ ਹੈ ਵੀ ਯਾਰ ਕੁਛ ਲੈ ਜਾਈਏ ਕੁਛ ਦੇ ਜਾਈਏ। ਆਹ ਦੇਖੋ ਵਿਹਲੀ ਫੋੜ ਖੜ੍ਹਾ ਛੋਟਾ ਜਿਹਾ ਫੋੜ, ਇਹਦੇ ਕੋਲ ਵੀ ਆਪਾਂ ਆਵਾਂਗੇ ਰੁਕ ਕੇ ਕਰਾਂ, ਫਿਰ ਕਰਾਂਗੇ ਆਪਾਂ ਸਿਸਟਮ ਸੈੱਟ। ਅਤੇ ਅੱਗੇ ਵਿਹਲੀ ਇੱਧਰ ਤੁਸੀਂ ਦੇਖ ਸਕਦੇ ਹੋ ਰੌਣਕ ਮੇਲਾ, ਯਾਨੀ ਕਿ ਜਦੋਂ ਆਪਣਾ ਮੁੰਡੇ ਦਾ ਵਿਆਹ ਹੋ ਜਾਂਦਾ ਅਤੇ ਵਿਆਹ ਤੋਂ ਅਗਲੇ ਦਿਨ ਜਿਹੜਾ ਮਾਹੌਲ ਜਿਹਾ ਹੁੰਦਾ, ਅੱਧੇ ਕੁ ਰਿਸ਼ਤੇਦਾਰ ਵਗ ਜਾਂਦੇ ਆ, ਅੱਧੇ ਕੁ ਰਹਿ ਜਾਂਦੇ ਆ, ਘਰ ਸੁੰਨਾ ਸੁੰਨਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ, ਹੈ ਨਾ ਕੁਛ ਕਰਨ ਵੀ ਉਹ ਸਿਸਟਮ ਜਿਹਾ ਹੁਣ ਹੋਣਾ ਸ਼ੁਰੂ ਹੋ ਗਿਆ, ਮੇਲਾ ਸੁੰਨਾ ਸੁੰਨਾ ਜਿਹਾ ਹੋਣਾ ਸ਼ੁਰੂ ਹੋ ਗਿਆ, ਰਿਸ਼ਤੇਦਾਰ ਜਾਣੋ ਘਰ ਘਰ ਨੂੰ ਪਰਤਣ ਲੱਗ ਗਿਆ ਆਪਦੇ ਨੂੰ, ਅਤੇ ਉਹ ਗੱਲ ਜੀ ਬਣਦੀ ਜਾਂਦੀ ਆ ਹੌਲੀ ਹੌਲੀ। ਬਾਕੀ ਬਿੱਲੀ ਉਹ ਹਲੇ ਵੀ ਰੌਣਕ ਮੇਲਾ ਪੂਰਾ ਹੈਗਾ, ਉਹ ਜਿਹੀ ਗੱਲ ਨਹੀਂ, ਹਲੇ ਕੱਲ੍ਹ ਨੂੰ ਘਟੂਗਾ, ਕਿਉਂਕਿ ਕੁਛ ਲੋਕਾਂ ਦਾ ਐਵੇਂ ਆ ਵੀ ਅੱਜ ਸ਼ਾਮ ਨੂੰ ਜਾਣਗੇ, ਕੁਛ ਭਰਾ ਸੁਬਹਾ ਸੁਬਹਾ ਚੱਲ ਗਏ, ਅਤੇ ਐਂ ਜੇ ਸਿਸਟਮ ਹੋਇਆ ਪਿਆ ਵੀ ਹੁਣ ਦੋ ਚਿੱਤਾ ਜਿਹਾ ਚਿੱਤ ਹੋਇਆ ਪਿਆ ਜਿਹੜੇ ਭਰਾ ਮੇਲੇ 'ਚ ਬੈਠੇ ਵੀ ਜਾਗ ਗਏ ਕਿ ਕਿਵੇਂ ਕਰ ਗਏ ਯਾਰ ਕੀ ਸਿਸਟਮ, ਹੈ ਨਾ। ਅਤੇ ਰਸ਼ ਇਕੱਠ ਪੂਰਾ ਇਕੱਠ ਤੁਸੀਂ ਦੇਖ ਸਕਦੇ ਹੋ ਬਿੱਲੀਓ, ਹਾਲਾਂਕਿ 14 ਤਰੀਕ ਜਿੰਨਾ 15 ਤਰੀਕ ਜਿੰਨਾ ਇਕੱਠ ਨਹੀਂ ਹੈਗਾ, 14 ਨੂੰ ਕਾਫੀ ਬਹੁਤ ਜ਼ਿਆਦਾ ਇਕੱਠ ਸੀ ਅਤੇ 15 ਨੂੰ ਵੀ ਕਾਫੀ ਜ਼ਿਆਦਾ ਇਕੱਠ ਸੀਗਾ, 13 ਨੂੰ ਤਾਂ ਮੇਲਾ ਭਰਿਆ ਹੀ ਆ, ਉਹਦੇ ਤਾਂ ਬਿੱਲੀਓ ਹੋਣਾ ਹੀ ਹੋਣਾ, ਪਰ ਅੱਜ ਵੀ ਉਸ ਹਿਸਾਬ ਦੇ ਨਾਲ ਅੱਜ ਵੀ ਇਕੱਠ ਬਹੁਤ ਜ਼ਿਆਦਾ ਆ, ਇਕੱਠ ਤੁਸੀਂ ਦੇ ਦਿੰਦਾ। ਬਾਕੀ ਬੇਲੀ ਦਿੰਦੇ ਫਿਰਦੇ ਆਪਣੇ ਗੇੜਾ ਘੋੜੀਆਂ ਲੈ ਕੇ, ਕੋਈ ਆਪਣਾ ਜਾਨਵਰ ਲੈ ਕੇ, ਸਿਸਟਮ ਸਾਰਾ ਸੈੱਟ ਹੋਇਆ ਪਿਆ। ਅਤੇ ਉੱਧਰ ਬਾਈ ਕੁੱਤੇ ਕਦੂਰਿਆਂ ਵਾਲੇ ਵੀ ਕਰੀ ਜਾਂਦੇ ਆ ਡੀਲਾਂ, ਬਾਕੀ ਜਾਨਵਰ ਵਿਹਲੀ ਲੈ ਲੈ ਕੇ ਖਲਿਆਰ ਲਏ, ਭਰਾਵਾਂ ਨੇ ਆਪਣਿਆਂ ਨੇ ਕੁਛ ਲੈ ਲਿਆ ਕੁਛ ਦੇ ਤਾ, ਅਤੇ ਦੇਖ ਸਕਦੇ ਹੋ ਤੁਸੀਂ ਰੌਣਕ ਮੇਲਾ। ਮੇਨ ਮਕਸਦ ਆਪਣਾ ਗੇੜਾ ਦੇਣ ਦਾ ਇਹੀ ਆ ਵੀ ਤੁਸੀਂ ਮੇਲੇ ਦੀ ਜਿਹੜੀ ਕੰਡੀਸ਼ਨ ਆ ਕਿਵੇਂ ਆ, ਕਿੰਨਾ ਕੁ ਰਾਸ਼ ਆ, ਕਿੰਨਾ ਕੁ ਇਕੱਠ ਆ, ਉਹ ਤੁਸੀਂ ਦੇਖ ਸਕੋ। ਆਹ ਦੇਖੋ ਬਿੱਲੀਓ ਹਾਰਨ ਮਾਰ ਮਾਰ ਕੇ ਟੱਪਣਾ ਪੈ ਰਿਹਾ, ਇੰਨਾ ਇਕੱਠ ਆ ਹਲੇ ਵੀ, ਐਂ ਨਹੀਂ ਹੈਗਾ ਵੀ ਮੇਲਾ ਵਿਛੜ ਗਿਆ, ਕਿਉਂਕਿ ਮੈਂ ਸੁਬਹਾ ਜਦੋਂ ਫੋਨ ਕੀਤਾ ਮੈਨੂੰ ਬਾਈ ਕਹਿੰਦਾ ਕਹਿੰਦਾ ਲੋਕ ਜਾਣੇ ਸ਼ੁਰੂ ਹੋ ਗਏ। ਚਲੋ ਯਾਰ ਮੈਂ ਵਿਹਲੇ ਕੀ ਕਰਾਂਗੇ, ਆਪਾਂ ਦੇ ਕੇ ਆਉਣੇ ਆ ਗੇੜਾ, ਚਾਹੇ ਜਾਣੇ ਹੀ ਸ਼ੁਰੂ ਹੋ ਗਏ, ਆਪਾਂ ਮੇਲਾ ਵਿਛੜਦਾ ਦਿਖਾ ਦਿਆਂਗੇ ਭਰਾਵਾਂ ਨੂੰ, ਜਿੱਥੇ ਆਪਾਂ ਰੌਣਕ ਮੇਲਾ ਦਿਖਾਉਣਾ ਉੱਥੇ ਵਿਛੜਦਾ ਦਿਖਾ ਦਿਆਂਗੇ। ਅਤੇ ਆਹ ਬਾਈ ਕਤੂਰੇ ਕਤਾਰੇ ਦੇਖੋ ਬਿਲਕੁਲ ਤੁਸੀਂ, ਟ੍ਰੈਫਿਕ ਦੋਸਤੋ ਅੱਜ ਵੀ ਪੂਰਾ ਜਾਮ ਆ, ਉਹ ਫਿਰ ਜੀ ਗੱਲ ਨਹੀਂ ਵੀ ਟ੍ਰੈਫਿਕ ਨਾ ਹੋਊਗਾ, ਕਿਉਂਕਿ ਉੱਦਣ ਤਾਂ ਕਾਰਾਂ ਜਿਹੜੀਆਂ ਅੰਦਰ ਆਉਣੀਆਂ ਮੇਲੇ ਦੇ ਸੰਭਵ ਸੀ, ਪਰ ਅੱਜ ਠੀਕ ਆ ਕਿਉਂਕਿ ਅੱਜ ਰਸ਼ ਘੱਟ ਆ, ਕਾਰਾਂ ਵਗੈਰਾ ਅੰਦਰ ਵੀ ਚਲੀਆਂ ਜਾਂਦੀਆਂ ਮੇਲੇ ਦੇ, ਸਿਸਟਮ ਠੀਕ ਆ ਸਾਰਾ। ਅਤੇ ਆਪਾਂ ਲਾਸਟ ਦਿਨ ਹੀ ਕਹਿ ਸਕਦੇ ਹਾਂ ਅੱਜ, ਕਿਉਂਕਿ ਕੱਲ੍ਹ ਨੂੰ ਤਾਂ ਚਲੇ ਜਾਣਾ ਭਰਾਵਾਂ ਨੇ ਸਾਰਿਆਂ ਨੇ, ਹੈ ਨਾ, ਅੱਜ ਸ਼ਾਮ ਨੂੰ ਚਲੇ ਜਾਣਾ ਜਿਹੜੇ ਹੈਗੇ ਨੇ। ਅਤੇ ਬਾਕੀ ਵਿਹਲੀਓ ਦੇਖ ਸਕਦੇ ਹੋ ਤੁਸੀਂ, ਟੈਂਟ ਟੁੰਟ ਵਿਹਲੀ ਆਪਣੇ ਲਾਈ ਜਾਂਦੇ ਆ। ਆ ਇੱਧਰ ਧਾਲੀਵਾਲ ਦਾ ਆ ਗਿਆ, ਇੱਧਰ ਆਪਣੇ ਆ ਗਿਆ ਸੀ ਵਿਹਲੀਓ ਮਾਝਾ ਸਟੱਡ ਫਾਰਮ ਵਾਲਿਆਂ ਦਾ, ਆ ਇੱਧਰ ਧਾਲੀਵਾਲ ਦਾ ਆ ਗਿਆ। ਧਾਲੀਵਾਲ ਨੇ ਵੀ ਚੱਕ ਤੇ ਆਪਦੇ ਟੈਂਟ ਟੁੰਟ ਜੇ ਲਾਹ ਤੇ ਪਾਲੇ ਟਰਾਲੀਆਂ 'ਚ, ਬਤਾਬ ਘੋੜੇ ਵਾਲਾ ਬਾਈ ਆਪਣਾ ਰਾਮਾ ਮੰਡੀ। ਅਤੇ ਉੱਧਰ ਆ ਗਿਆ ਜੀ ਧੰਨਾ ਸਿੰਘ ਦਾ, ਇਹ ਜਮਾਂ ਬਿਲਕੁਲ ਲਾਸਟ ਜੇ ਜਾ ਕੇ, ਹਾਲੇ ਕਿ ਹੋਰ ਵੀ ਅੱਗੇ ਕਾਫੀ ਅੱਗੇ ਰੌਲੀ ਵਾਲਿਆਂ ਦਾ ਆ ਗਿਆ। ਆਪਾਂ ਸਾਰੇ ਗੇੜਾ ਦੇਖ ਆਉਂਦੇ ਹਾਂ ਬਿੱਲੀਓ, ਸਾਰੇ ਦੇਖਦੇ ਹਾਂ ਆਪਾਂ ਬੰਦੇ ਕਿਹੜੇ ਕਿਹੜੇ ਚਲੇ ਗਏ, ਕਿਹੜੇ ਕਿਹੜੇ ਹੈਗੇ ਆ। ਇੱਧਰ ਬਾਈ ਪੰਛੀਆਂ ਵਾਲੇ ਆ ਗਏ,
देख सकते हो पंछियों वाले भरा अपने जिन्हें भी बत्तकां बुत्तकां से सारा कुछ लल्ला पल्ला रखे उड़िया बाई दे जाता घोड़ी के गेड़े तो नवे मुंडे नूं बेली बहुत क्रेज आ घोड़े घोड़िया का। आ देख सकते हो तुसीं पंछी जानवर है ना तो कुत्ते कतूरे जिन्हें भी है सिस्टम ये भरा हले भी बैठे आ। बाकी बेली अगे चलते आप देखते हाँ अगे जाके रौली वाले का भी आ बिरकल का भी आ भी वह है भरा कि चले गए उन्हें कहीं भी आप मारते हैं गा आ कार वाला सिस्टम ठीक है कुछ करना है ना नाले दा तुर के टाइम बहुत लग जाता नाले ओह जी गल नहीं बनती तो कार तो हूँ आप सारा एंड तक मेला दिखा देना अपने बेलियां है ना ऊँ तो तेन पता फिर तुरके का वो एड्डी दूर 1.5-2 किलोमीटर कितने जाया जाता है ना बहुत औखा आ भी लै देख चोबर लई आ बई घोड़ी मुंडे ने नवी नवी लई है लगता हुई छांटी छूटी पूरी चक्की आता तेरा यार तैयारी चाह कम है ना करने इधर बई आ गए दशमेश स्टड फार्म वाले ये भी भरा लैणा च लाई खड़े घोड़ियाँ तो अगे चलते हैं बेली कट पूरा उधर स्टार्टिंग च ए लगता हले कुछ कर भी मेला बिछड़ गया है ना इधर आ गया लगता हले पूरा भरया पे आप उत वाले बंदे उतो ही मुड़ जाते देख के भी यार चक्या गया सिस्टम है ना इधर तो बेली इधर तो रौनक मेला पूरा लग्या पे एंड जे तो कबर वाली पिंड कनी का आप सीधा सीधा आप देख के कह दें उत बार चो आप भी तैयार से मुड़न भी यार है तो है नहीं कुछ है ना करने इधर तो पूरा रौनक मेला बई यार जो आने ना तो आप सारा घूम के जाया करो बिलगो मेला आए ना है भी कितने मूहरले उत्थे देख के गेड़ा मूहरे मूहरे कितने मुड़ जाओ इधर देखो तुम कि कट्ठा पूरा रौनक मेला पूरा लगे पाया तो रौली वाले ने चकता है ना करने चकता टेंट टुंट रौली वाले ने बेली चकता तो इधर तंबू हले लगे पे है सिस्टम इधर ला भी ओके आ जावा है अं मुड़ना अं दिखाए उन्हें आप आ गया भाई मांटे का चल आप मांटे को चलते हैं नाले मांटे दियाँ सुनते हैं गल्ला ले भी बिलकुल आ जावा आप अखीर से लास्ट से आ गए बस इदू बाद 2-3 किले होर आ टेंट तो चढ़ा दे भी गिरा सीधी इधर तुम देख लो थोड़ा बहुत जो टेंट इधर रह गया आप बिल्कुल लास्ट से आ गए इधर तो आप इवें भुलेखे च फिरते रहे भी मेला ठंडा पै गया मेला ठंडा पै गया यार इधर तो पूरा घसमान पै पै कुछ करना है ना बल्ले 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 देखो बिलगो बिच तो ना एवं ही भरा कह दें यार भी 17-18 बस मेला बिछड़ जाता नहीं बिछड़ता भाई यार मेला यह मुकसर का मेला बिलगो ए कितने पोले पैरी हौली हौली जाएंगे जट इतों उठन जी नहीं करता बिलगो हूँ आप दोबारे उधरों गेड़ा दे के आप वापसी की है तो चलते आप होर भी दिखावे मेले दियाँ जड़िया कई रौनक हले रह गई दिखाने को तो उधर चलते आप बाकी तो कट्ठ रश देख सकते हो रश बहुत आ मेला हले भी पूरा भरया होया तो चलते आप दिने गेड़ा बेली हूँ दूजी साइड तेड़ी साइड पहला आप आए होर रोड हूँ आप होर रोड चलेंगे उधर भी आप देखते हैं की हिसाब किताब की सिस्टम आ सारा तो गड्ढखाना तुम देख सकते हो बेली क्योंकि मेरे हिसाब न बेली सौदे अज हो सौदे अज तो कल च हो पहला मन के चलो जो प्रदर्शनी वाले भरा जे अपने स्टालियन घोड़े लैके आए थे है ना पहला मेला चलिया ओह हूँ चलूगा मेला सौदे वाला इदू बाद पड़ाके पड़ेंगे डबल डबल घोड़ियाँ घूड़ियाँ दे बछेरिया दे सौदे इदू बाद हो कम बेली पूरा चकमा होया पा इधर देख छोटा जहा जवाक बई 10 सालों की लगता तो पहला भी आपां नूं टक्करिया ये घोड़ी दे सवारी करता तो हुण फिर घोड़ी सून वाली आ बेली लगता गब्बण है घोड़ी तो ये भी बई सवारी करता फिरता ए भी इत्थे भी पूरा रौनक मेला लगे पाया पंछियां वाले कोले खुश करन दिखा दे किरां बेलियां नूं अपणियां नूं इत्थे भी पूरा चकमा कम होया पिया तो बई कोले यार कतूरे कतारे चंगे पए आ है ना कुछ करनी होए देख सारियां ब्रैट गई कल्चर पॉम जर्मन शैफर ते वो बिल्लियां जी पता नहीं की है ना अही मोड़ दे
यार ठंडी हवा तो छड्ड लगे यार, गर्मी आने लग गई। कुछ कर रहे यार है ना, माघी तो बाद लोहड़ी तो बाद गर्मी दा गर्मी वाली फीलिंग आने लग गई पूरी है ना। कर रहे बाकी आप बिल्कुल घोड़ियाँ देखो, आ हूँ आप नवी साइड आए हाँ, इतने देखो इतने भी पूरा कम भख्या खड़ा, तो इधर बइया का खड़ा है अपना नवा किला वालों का घोड़ा नुकरा। तो आज आप अगे चलते अगे दिखाने थोनू सिस्टम होर, तो बइया ने ला रखिया पूरी रौनक। देखो बिलियो इस पासे भी जानवर बहुत ने, तो वधिया रौनक मेला इधर भी लग्या होया। एक गल आ बिलियो, मेले चो आके जो तुम मेले चो घरे जाओगे तो थोड़ा घट्टो घट दो दिन तक घरे जाके जी नहीं लगना, इन्नी मैं गरंटी दिना भी इन्ना मुक्तसर मेला अपना इन्ना भरदा है इतने इन्ना जी लगता भी इतने भी दो दिन की तो असं गरंटी दें भी दो दिन थोड़ा जी जमा नहीं लगना घरे जाके भी यार मेले च ही चल गए यार मेले च ही चल गए। तो लाओ भी बेलियो हूँ इधर भी तुम देख सकते हो इधर भी पूरा माहौल जचया होया, हले जानवर काफ़ी है तैयारियां वैसे जान दियाँ चली जा सारे भरावान दी आखिर जी गल नहीं तैयार सारे घर नू जान नू तैयार है। तो सौदे वगैरह अज सवेर जिवें मैं थोनू पहला दस के भी होंगे। बाकी बेलियो वीडियो अगे जरूर शेयर कर दो ता कि अपने वो तो भरा जे मेले का आनंद उठा सकन। तो लास्ट में थोड़ा बहुत बहुत धन्यवाद, कमेंट करके जरूर दस्यो मेला कहर जा लग्या आ बई सवारियां दे होए पए हुण घोड़ियां ते चढ़ के मेले च गेड़ा दिंदे आ। वीडियो देखने लई थोड़ा बहुत बहुत धन्यवाद।